ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ। 6 ਅਤੇ 7 ਪੋਹ ਦੀ ਉਹ ਦਰਮਿਆਨੀ ਰਾਤ ਜਦੋਂ ਸਾਹਿਬ ਕਮਾਲ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਤੇ ਆਨੰਦਾਂ ਦੀ ਪੁਰੀ ਨੂੰ ਸਦਾ ਦੇ ਲਈ ਅਲਵਿਦਾ ਆਖ ਦਿੱਤਾ ਗਿਆ। ਉਹਨਾਂ ਤਸਵੀਰਾਂ ਨੂੰ ਉਹਨਾਂ ਯਾਦਾਂ ਨੂੰ ਰੂਪਮਾਨ ਕਰਦਿਆਂ ਹਰ ਸਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਸਜਾਇਆ ਜਾਂਦਾ ਹੈ। 29ਵਾਂ ਅਲੌਕਿਕ ਪੈਦਲ ਮਾਰਚ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ, ਉਸ ਦੀਆਂ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਜਿਹੜੀਆਂ ਛੱਡਣ ਦੀਆਂ ਤਸਵੀਰਾਂ ਨੇ, ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡਦੇ ਹੋਏ ਜਦੋਂ ਗੁਰੂ ਸਾਹਿਬ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਨੂੰ ਸਦਾ ਦੇ ਲਈ ਅਲਵਿਦਾ ਆ ਕੇ ਪਰਿਵਾਰ ਸਮੇਤ ਅੱਗੇ ਵੱਧਦੇ ਨੇ ਅਤੇ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਅਤੇ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਹੈ। ਪਰੰਤੂ ਸਾਹਿਬ ਕਮਾਲ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਜ਼ਿੰਦਗੀ ਦਾ ਲੰਬਾ ਸਮਾਂ, ਵੱਡਾ ਸਮਾਂ ਜਿਹੜਾ ਆਨੰਦਾਂ ਦੀ ਪੁਰੀ ਦੇ ਵਿੱਚ ਬਿਤਾਇਆ ਸੀ, ਸਰੀਰਕ ਤੌਰ 'ਤੇ ਸਦਾ ਦੇ ਲਈ ਆਨੰਦਾਂ ਦੀ ਪੁਰੀ ਨੂੰ ਜਿਹੜਾ ਉਹ ਅਲਵਿਦਾ ਆਖ ਕੇ ਅਤੇ ਵਰ ਦਿੱਤਾ ਆਨੰਦਾਂ ਦੀ ਪੁਰੀ ਨੂੰ ਵਸਣ ਦੇ ਲਈ, ਉਹਨਾਂ ਯਾਦਾਂ ਨੂੰ ਰੂਪਮਾਨ ਕਰਦਿਆਂ ਇਹ ਅਲੌਕਿਕ ਪੈਦਲ ਮਾਰਚ ਜਿਹੜਾ ਹਰ ਸਾਲ ਸਜਾਇਆ ਜਾਂਦਾ, 29ਵਾਂ ਅਲੌਕਿਕ ਪੈਦਲ ਮਾਰਚ ਜੋ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਅਤੇ ਵੱਖ ਵੱਖ ਰਸਤਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਮਹਿੰਦੀਆਣਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੁੰਦਾ ਹੈ। ਤਸਵੀਰਾਂ ਤੁਸੀਂ ਅਨੰਦਪੁਰ ਸਾਹਿਬ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਉਹ ਇਸ ਅਲੌਕਿਕ ਪੈਦਲ ਮਾਰਚ ਦੇ ਵਿੱਚ ਸ਼ਿਰਕਤ ਕਰ ਰਹੀ ਹੈ। ਸਵੇਰੇ ਤੜਕੇ ਜਿਹੜਾ, ਕਿਉਂਕਿ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਹੀ ਸਾਹਿਬ ਕਮਾਲ ਵੱਲੋਂ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖਿਆ ਗਿਆ ਸੀ, ਕਿਲ੍ਹਾ ਛੱਡਿਆ ਗਿਆ ਸੀ, ਕਿਉਂਕਿ ਪਹਾੜੀ ਰਾਜਿਆਂ ਦੀ ਗੱਲ ਕੀਤੀ ਜਾਵੇ ਜਾਂ ਮੁਗਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕੁਰਾਨ ਦੀਆਂ ਝੂਠੀਆਂ ਸੋਹਾਂ ਖਾਧੀਆਂ ਗਈਆਂ ਸੀ, ਉੱਥੇ ਗਊ ਦੀਆਂ ਜਿਹੜੀਆਂ ਸੋਹਾਂ ਖਾ ਕੇ ਗੁਰੂ ਸਾਹਿਬ ਨੂੰ ਕਿਲ੍ਹਾ ਛੱਡਣ ਦੇ ਲਈ ਕਿਹਾ ਗਿਆ ਸੀ। ਸੋ ਉਹਨਾਂ ਤਸਵੀਰਾਂ ਨੂੰ, ਉਹਨਾਂ ਯਾਦਾਂ ਨੂੰ ਰੂਪਮਾਨ ਕਰਦਿਆਂ ਸੰਗਤ ਜਿਹੜੀ ਇਸ ਅਲੌਕਿਕ ਪੈਦਲ ਮਾਰਚ ਦੇ ਵਿੱਚ ਸ਼ਿਰਕਤ ਕਰਦੀ ਹੈ, ਹਰ ਅੱਖ ਜਿਹੜੀ ਆ ਉਹ ਨੰਬ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇਹ ਉਹ ਸਮਾਂ ਸੀ ਜਦੋਂ ਗੁਰੂ ਸਾਹਿਬ ਆਪ ਜਿਹੜੀ ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਦੇ ਵੱਲੋਂ ਮੁੱਲ ਖਰੀਦ ਕੇ ਜਿਹੜਾ ਸ਼ਹਿਰ ਵਸਾਇਆ ਗਿਆ ਸੀ ਅਨੰਦਪੁਰ ਸਾਹਿਬ, ਉਸ ਸ਼ਹਿਰ ਨੂੰ ਜਿਹੜਾ ਛੱਡ ਕੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ, ਅਤੇ ਉਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਖੇਰੂ ਖੇਰੂ ਹੋ ਜਾਂਦਾ ਹੈ। ਚਾਹੇ ਚਮਕੌਰ ਸਾਹਿਬ ਦੀ ਗੱਲ ਕੀਤੀ ਜਾਵੇ, ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਨੇ, ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਜਾਵੇ, ਸੋ ਇਹ ਜਿਹੜੀ ਪੂਰੀ ਦਾਸਤਾਨ ਜਿਹੜੀ ਹੈ, ਛੋਟੇ ਸਾਹਿਬਜ਼ਾਦੇ ਜਿਹੜੇ ਨੇ ਉਹ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚਿਣਾ ਦਿੱਤੇ ਜਾਂਦੇ ਨੇ, ਸੋ ਪੂਰੀ ਦਾਸਤਾਨ ਜਿਹੜੀ ਸ਼ਹੀਦੀਆਂ ਦੀ ਹੈ ਉਹ ਅੱਗੇ ਜਿਹੜੀ ਚੱਲਦੀ ਹੈ। ਸੋ ਉਹਨਾਂ ਤਸਵੀਰਾਂ ਨੂੰ ਰੂਪਮਾਨ ਕਰਦਿਆਂ, ਉਹਨਾਂ ਯਾਦਾਂ ਨੂੰ ਯਾਦ ਕਰਦਿਆਂ ਹਰ ਭਿੱਜੀ ਅੱਖ ਜਿਹੜੀ ਹੈ ਇੱਥੇ ਦੇਖਣ ਨੂੰ ਮਿਲਦੀ ਹੈ। ਸੰਗਤ ਦੇ ਮਨ ਦੇ ਵਿੱਚ ਜਿਹੜੀ ਸ਼ਰਧਾ ਦੇ ਨਾਲ ਸੰਗਤ ਜਿਹੜੀ ਲਬਰੇਜ਼ ਹੈ, ਅਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਖਾਸ ਤੌਰ 'ਤੇ ਇਸ ਜਿਹੜਾ ਅਲੌਕਿਕ ਪੈਦਲ ਮਾਰਚ ਹੈ, 29ਵਾਂ ਅਲੌਕਿਕ ਪੈਦਲ ਮਾਰਚ ਜੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਵੱਖ ਵੱਖ ਰਸਤਿਆਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਮਹਿੰਦੀਆਣਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਕੈਮਰਾਮੈਨ ਮਨਪ੍ਰੀਤ ਦੇ ਨਾਲ BS ਚਾਨਾ, PTC ਨਿਊਜ਼, ਸ਼੍ਰੀ ਅਨੰਦਪੁਰ ਸਾਹਿਬ।